ਦੂਜੇ ਜਿੰਨੇ ਵੀ ਜ਼ਲੀਲ ਕੰਜਰੀਆਂ ਕੰਜਰ ਇਹਨਾਂ ਦਾ ਲਫ਼ਜ਼ ਕੋਈ ਨਹੀਂ ਕੱਢਦਾ। ਬਸ ਜਿੰਨੇ ਵੀ ਕੰਜਰੀਆਂ ਕੰਜਰ ਬਕਵਾਸ ਪੇ ਕਰਦੇ ਨੇ, ਖਾਸ ਕਰਕੇ ਜੰਗ ਗਰੁੱਪ ਜਿਹੜਾ ਇਹਨਾਂ ਦੇ ਬਹੁਤੇ ਵੱਡੇ ਜ਼ਲੀਲ ਬੈਠੇ ਨੇ ਔਰ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ। ਮੈਂ ਉਹਨਾਂ ਕੰਜਰੀਆਂ ਨੂੰ ਦੱਸਣਾ ਕਿ ਤੁਹਾਡਾ ਜਿਹੜਾ ਕਲਚਰ ਤੁਸੀਂ ਅਪਣਾਉਣਾ ਚਾਹੁੰਦੀਆਂ ਹੋ ਆ ਜੀਓ ਜੀਓ ਤੇ ਜਿਹੜਾ ਜੰਗ ਰੋਪੇ, ਖਾਸ ਕਰਕੇ ਯਹੂਦੀਆਂ ਲਾਬੀ ਦੀਆਂ ਏਜੰਟ ਨੇ, ਆ ਮੋਦੀ ਦੇ ਤਨਹਾਦਾਰ ਨੇ ਤੇ ਯਹੂਦੀਆਂ ਦੇ ਏਜੰਟ ਨੇ ਤੇ ਇਹ ਸਾਰੀ ਬਕਵਾਸ ਪੇ ਕਰਦੇ ਨੇ। ਤੇ ਤੂੰ ਕਦੀ ਕਮੀਨਿਓ ਕਦੀ ਆ ਕੇ ਵੇਖਦੇ ਸਰੋ, ਤੁਹਾਨੂੰ ਤੇ ਪਤਾ ਹੀ ਨਹੀਂ ਅਸੀਂ ਬੈਠੇ ਕਿੱਥੇ ਆ, ਤੁਹਾਨੂੰ ਇਹ ਹੀ ਨਹੀਂ ਪਤਾ ਅਸੀਂ ਬੈਠੇ ਕਿੱਥੇ, ਤੁਹਾਨੂੰ ਕਿਹੜੇ ਜ਼ਲੀਲ ਨੇ ਦੱਸਿਆ ਰਾਹ ਬੰਦ ਨੇ, ਦੱਸੋ ਤੇ ਸਹੀ ਨੇ। ਸਾਡਾ ਮੌਕਾ ਵੀ ਸੁਣ ਛੱਡੋ, ਤੁਹਾਨੂੰ ਇੰਨੀ ਵੀ ਤੁਹੀਕ ਨਹੀਂ ਮਿਲੀ ਵੀ ਆਪਣੇ ਕੰਨ ਲਾ ਕੇ ਸਾਡਾ ਮੌਕਾ ਵੀ ਸੁਣ ਛੱਡੋ। ਅੱਲਾ ਕਰੇ ਤੁਸੀਂ ਅੰਨੇ ਹੋ ਜਾਓ ਤੇ ਗੂੰਗੇ ਹੋ ਜਾਓ, ਬੋਲੇ ਹੋ ਜਾਓ, ਤੁਹਾਨੂੰ ਨਾ ਕੋਈ ਸੁਣੀ ਸ਼ਾਇ ਜਾਏ ਨਾ ਤੁਹਾਨੂੰ ਵੇਖੀ ਸ਼ਾਇ ਜਾਏ। ਜੇ ਤੁਹਾਨੂੰ ਤਾਜਦਾਰੇ ਖਤਮੇ ਨਬੂਵਤ ਦੀ ਅਜ਼ਮਤ ਵੀ ਨਾ ਸੁਣੀ ਗਈ, ਅੱਲਾ ਕਰੇ ਤੁਸੀਂ ਪਿਓ ਦੀ ਗੱਲ ਵੀ ਨਾ ਸੁਣ ਸਕੋ, ਮਾਂ ਦੀ ਵੀ ਨਾ ਸੁਣ ਸਕੋ, ਕਿਸੇ ਚੂੜੇ ਦੀ ਗੱਲ ਵੀ ਨਾ ਸੁਣ ਸਕੋ। ਤੁਸੀਂ ਅੰਨੇ ਹੋ ਜਾਓ, ਗੂੰਗੇ ਹੋ ਜਾਓ, ਬੋਲੇ ਹੋ ਜਾਓ, ਫਿਰ ਇਹੀ ਕਹਿ ਸਕਦੇ ਹਾਂ ਤੇ ਸਾਰੀ ਜ਼ਿੰਦਗੀ ਇਸ਼ਾਰੇ ਕਰ ਕਰ ਮਰ ਜਾਓ, ਤਰਲੇ ਲੈਂਦਿਆਂ ਮਰ ਜਾਓ। ਕੋਈ ਪੁੱਛੇ ਕੀ ਹੋਇਆ, ਆਖੋ ਜੀ ਤਾਜਦਾਰੇ ਖਤਮੇ ਨਬੂਵਤ ਦੀ ਉਹ ਬਕਵਾਸ ਕੀਤੀ ਸੀ, ਸਜ਼ਾ ਲੱਭ ਗਈ। ਬੰਦੇ ਦੇ ਪੁੱਤਰ ਬਣੋ ਤੇ ਮੈਂ ਤੇ ਅੱਗੇ ਵੀ ਆਖਿਆ ਸੀ ਇਹ ਜਿਹੜੀਆਂ ਕੰਜਰੀਆਂ ਸਰਕਾਰ ਦੀ ਅਜ਼ਮਤ ਤੋਂ ਸ਼ਾਨ ਦੇ ਉੱਤੇ ਬਕਵਾਸ ਕਰਦੀਆਂ, ਤਬਸਰੇ ਗਲਤ ਕਰਦੀਆਂ ਨੇ ਬਜ਼ੁਰਗਾਂ ਦੇ ਖਿਲਾਫ ਔਰ ਇਸ ਧਰਨੇ ਆਸ਼ਕਾਂ ਨੇ ਰਸੂਲ, ਇਹ ਜਿਹਨਾਂ ਬਜ਼ੁਰਗਾਂ ਤਕਰੀਰ ਕੀਤੀ 80 ਸਾਲ ਤੋਂ ਉੱਤੇ ਉਮਰ ਹੈ ਖਾਸੀ, ਮੈਂ 80 ਆਖਿਆ ਨਾ ਤੇ ਤੁਹਾਡੀ ਨਿਗਾਹ ਦੇ ਸਦਕਾ ਚਿਹਰਾ ਵੇਖ ਕੇ ਮੈਂ ਆਖਿਆ 80 ਤੇ 81 ਸਾਲ ਉਮਰ ਹੈ ਤੇ ਇੰਝ ਬੋਲੇ ਨਾ ਜਿਵੇਂ 18 ਸਾਲ ਦਾ ਜਵਾਨ ਬੋਲਦਾ। ਤੁਸੀਂ ਇੱਕ ਵਾਰੀ ਖੜੇ ਨਹੀਂ ਹੋਵੇ ਉੱਠ ਕੇ ਤੁਸੀਂ